इस गरीब की कोई मदद करो जी, रल मिल के जी मेरे बच्चे का इलाज करा दो जी। बस मैं इस घर तो भी वांझा ना होने दो जी, भी छत थले बैठा जोड़ा मैं चार जवाक तीन जवाकों लेके जी भी आपका टाइम निकाल पाए जी। गल तो मैं मजदूरी करती हाँ, मेरे घर वाला मजदूरी करता गा, तो मैं मेरे बच्चे बचाना चाहनी हाँ। कोई इलाज नहीं यदा होया जी, ऑपरेशन कर देंगे दूरबीन राही, जयपुर लेके गए, लुधियाने DMC च लेके गए, दिल्ली भी लेके गए, पटियाले भी लेके गए, तो मानसा तो असी छड़ी हुई नहीं जी। बेटा मेरा छोटा जी नरेगा का कम कर, एक मेरी कुड़ी है 15-16 साल की, वह भी लोगों के घर च पड़के आके स्कूलों भी पोच ला देती है जी। डॉक्टर दस देने भी ये जी मेन रास्ते वाली पेशाब की नाड़ी है जी, वो क्रैक हो चुकी जी, जी टुट गई जी, जिहड़ा मतलब इतने अपने इलाज पंजाब दे विच तां संभव है ही नहीं जी। गल सुना जी भी इतने परेड कराई जाने तुसीं, फिर सिलाई पवा दें 1.5 महीना वास्ते जी, फिर पैप पाँ जी, फिर थैली लग जाए, दो थैलियाँ पेशाब दी लगिया हुई जी। उदों इन्होंने जदों ट्रक उधरों आ रहा सी सड़क ते जमा साडा घर सी, ते उस टाइम ये बच्चा घबरा के ना जदों अंदर वड़न लग्या तो वह ट्रक के थले आ गया जी, थले आने के कारण ये टायर लग गया नाल जी, टायर लगन नाल ये बलैडर फट गया जी, तो नाड़ी टुट गया। असी उस टाइम ही इनू हस्पताल च लै गए जी। मैं बस यही चाहना भी एडे जवाक कपड़ू पुत नू प्यो नमा हो अखथन चढ़ के चढ़ के लैटरिन बाथरूम करवाउंदा होवे, वह जिंदगी च मेरे ते बेइज्जती है, समाज ते मैं कुछ नहीं कह सकदा। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਅਤੇ ਮੈਂ ਪਰਮਦੀਪ ਰਾਣਾ। ਅੱਜ ਫਿਰ ਇੱਕ ਅਜਿਹੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜੋ ਤੁਹਾਡੇ ਦਿਲ ਨੂੰ ਝੰਜੋੜ ਕੇ ਰੱਖ ਦੇਗੀ, ਕਿਉਂਕਿ ਪੰਜਾਬ ਦੇ ਵਿੱਚ ਅੱਜ ਵੀ ਕੁਝ ਅਜਿਹੇ ਪਰਿਵਾਰ ਨੇ ਜੋ ਹਾਲਾਤਾਂ ਤੋਂ ਮਜਬੂਰ ਹੋ ਜਾਂਦੇ ਨੇ, ਜਿਨ੍ਹਾਂ ਦੇ ਕੋਲ ਇਲਾਜ ਦੇ ਲਈ ਵੀ ਪੈਸੇ ਨਹੀਂ ਹੁੰਦੇ। ਅਜਿਹੀ ਕਹਾਣੀ ਅੱਜ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ। ਬੈਠੇ ਹਾਂ ਪਿੰਡ ਜਵਾਰਕੇ, ਅਤੇ ਜਵਾਰਕੇ ਦੇ ਵਿੱਚ ਇੱਕ ਪਰਿਵਾਰ ਜਿਨ੍ਹਾਂ ਦਾ ਬੱਚਾ ਭੁਪਿੰਦਰ ਸਿੰਘ, ਜਿਸ ਦੇ ਨਾਲ 2002 ਦੇ ਵਿੱਚ ਇੱਕ ਅਜਿਹਾ ਹਾਦਸਾ ਵਾਪਰਦਾ ਹੈ, ਅਤੇ ਉਸ ਤੋਂ ਬਾਅਦ ਲਗਾਤਾਰ ਇਲਾਜ ਦੇ ਉੱਪਰ ਪੈਸੇ ਖਰਚ ਹੋ ਰਿਹਾ। ਹੁਣ ਪਤਾ ਲੱਗਿਆ ਕਿ ਜੋ ਇਲਾਜ ਹੈ ਉਹ ਪੱਕਾ ਪੂਨੇ ਦੇ ਵਿੱਚ ਹੋਣਾ, ਅਤੇ ਉਸ 'ਤੇ 8-10 ਲੱਖ ਰੁਪਏ ਦਾ ਖਰਚਾ ਹੋਣਾ। ਪਰ ਅੱਜ ਪਰਿਵਾਰ ਆਪਣਾ ਘਰ ਵੇਚਣ ਲਈ ਵੀ ਮੁਹਤਾਜ ਹੋਇਆ। ਪਹਿਲਾਂ ਤਸਵੀਰ ਤੁਸੀਂ ਦੇਖ ਲਓ ਇਸ ਬੱਚੇ ਦੀ, ਜੋ ਬੱਚਾ ਅੱਜ ਮਾਂ ਪਿਓ ਦੀ ਗੋਦੀ ਦੇ ਵਿੱਚ ਪਿਆ ਅਤੇ ਮਜਬੂਰ ਹੈ ਇਲਾਜ ਦੇ ਲਈ, ਅਤੇ ਪਰਿਵਾਰ ਇਸ ਕਰਕੇ ਮਜਬੂਰ ਹੈ ਕਿਉਂਕਿ ਜੋ ਪਰਿਵਾਰ ਦੇ ਹਾਲਾਤ ਨੇ ਉਹ ਮੁਨਾਸਿਬ ਨਹੀਂ ਉਹ ਖਰਚਾ ਕਰਨ ਦੇ ਲਈ। 2002 ਤੋਂ ਲੈ ਕੇ ਹੁਣ ਤੱਕ ਪੂਰਾ ਪਰਿਵਾਰ ਆਪਣਾ ਇੱਕ ਮਕਾਨ ਵੇਚ ਕੇ ਇਸ ਬੱਚੇ ਦੇ ਉੱਪਰ ਲਗਾ ਚੁੱਕਿਆ। ਗੱਲਬਾਤ ਵੀ ਕਰਾਂਗੇ, ਸਾਡੇ ਨਾਲ ਪਰਿਵਾਰ ਵੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਤਲਬ ਕੀ ਵਾਪਰ ਗਿਆ ਹੈ ਜਾਂ ਜਿਹੜਾ ਮੰਜੇ 'ਤੇ ਪਿਆ ਪੁੱਤ 'ਤੇ ਲਗਾਤਾਰ ਖਰਚੇ 'ਤੇ ਖਰਚਾ ਅਤੇ ਆਹ ਹਾਲਾਤ ਬਣ ਗਏ? ਸਰ ਜਦੋਂ ਇਹ ਇੱਕ 2002 ਦੀ ਗੱਲ ਹੈ ਜੀ, ਉਦੋਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਇਹ ਬਾਹਰ ਨਿਕਲ ਰਹੇ ਸੀ ਆਪਣੀ ਦਾਦੀ ਨਾਲ ਜੀ। ਉਦੋਂ ਇਹਨਾਂ ਨੇ ਜਦੋਂ ਟਰੱਕ ਉੱਧਰੋਂ ਆ ਰਿਹਾ ਸੀ ਸੜਕ 'ਤੇ ਜਮ੍ਹਾਂ ਸਾਡਾ ਘਰ ਸੀ, ਤਾਂ ਉਸ ਟਾਈਮ ਇਹ ਬੱਚਾ ਘਬਰਾ ਕੇ ਨਾ ਜਦੋਂ ਅੰਦਰ ਵੜਨ ਲੱਗਿਆ ਤਾਂ ਉਹ ਟਰੱਕ ਦੇ ਥੱਲੇ ਹੀ ਆ ਗਿਆ ਜੀ। ਥੱਲੇ ਆਉਣ ਦੇ ਕਾਰਨ ਇਹਦਾ ਟਾਇਰ ਲੱਗ ਗਿਆ ਨਾਲ ਜੀ, ਟਾਇਰ ਲੱਗਣ ਨਾਲ ਇਹਦੇ ਬਲੈਡਰ ਫਟ ਗਿਆ ਜੀ, ਅਤੇ ਨਾੜੀ ਟੁੱਟ ਗਈ। ਅਸੀਂ ਉਸੇ ਟਾਈਮ ਹੀ ਇਹਨੂੰ ਹਸਪਤਾਲ 'ਚ ਲੈ ਗਏ ਜੀ। ਹਸਪਤਾਲ ਤੋਂ ਬਾਅਦ ਅੱਜ ਤੱਕ ਕੋਈ ਇਲਾਜ ਨਹੀਂ ਇਹਦਾ ਹੋਇਆ ਜੀ, ਆਪਰੇਸ਼ਨ ਕਰ ਦਿੰਦੇ ਆ ਦੂਰਬੀਨ ਰਾਹੀਂ, ਜੈਪੁਰ ਲੈ ਕੇ ਗਏ, ਲੁਧਿਆਣੇ DMC 'ਚ ਲੈ ਕੇ ਗਏ, ਦਿੱਲੀ ਵੀ ਲੈ ਕੇ ਗਏ, ਪਟਿਆਲੇ ਵੀ ਲੈ ਕੇ ਗਏ, ਅਤੇ ਮਾਨਸਾ ਤਾਂ ਅਸੀਂ ਛੱਡੀ ਹੋਈ ਨਹੀਂ ਜੀ। ਅਤੇ ਉਹਦੇ ਵਿੱਚ ਦਿਆਲ ਪ੍ਰਤਾਪ ਡਾਕਟਰ ਬਠਿੰਡੇ ਵਾਲੇ ਨੇ ਸਾਨੂੰ ਦੱਸਿਆ ਕਿ ਪੂਨੇ ਤੁਹਾਡਾ ਇਲਾਜ ਹੋ ਜੂਗਾ। ਅਸੀਂ ਪੂਨੇ ਦੇ ਵਿੱਚ ਹੁਣ ਇੰਨੇ ਹੈ ਨਹੀਂ ਸਹਿਯੋਗ ਸਾਡੇ ਨਾਲ ਵੀ, ਅਸੀਂ ਆਪਦਾ ਘਰ ਵੇਚਣ ਨੂੰ ਤਿਆਰ ਹੋ ਗਏ ਜੀ, ਕਿ ਸਾਡੇ ਕੋਲ 20 ਸਾਲ ਹੋ ਗਏ ਅਸੀਂ ਇਹਦਾ ਇਲਾਜ ਕਰਾਈ, ਸਾਡੇ ਕੋਲ ਪੈਸੇ ਨਹੀਂ ਹੈਗੇ ਜੀ, ਪੈਸਿਆਂ ਕਰਕੇ ਅਸੀਂ ਆਪਦਾ ਘਰ ਵੇਚਣ ਲੱਗੇ ਹਾਂ, ਅਤੇ ਮੈਂ ਮਜ਼ਦੂਰੀ ਕਰਦੀ ਹਾਂ, ਮੇਰੇ ਘਰ ਵਾਲਾ ਮਜ਼ਦੂਰੀ ਕਰਦਾ ਗਾ, ਅਤੇ ਮੈਂ ਮੇਰੇ ਬੱਚੇ ਨੂੰ ਬਚਾਉਣਾ ਚਾਹੁੰਦੀ ਹਾਂ। ਬਿਲਕੁਲ ਬਿਲਕੁਲ ਸਮਝ ਸਕਦੇ ਹਾਂ ਵੀ ਨੌਜਵਾਨ ਲੜਕਾ ਅਤੇ ਮੰਜੇ 'ਤੇ ਪਿਆ, ਬਹੁਤ ਔਖਾ ਹੋ ਜਾਂਦਾ ਦੇਖਣਾ ਇੱਕ ਬੱਚੇ ਨੂੰ। ਮੈਂ ਕਿਹੜੇ ਸ਼ਬਦਾਂ ਰਾਹੀਂ ਆਪਦੀ ਜ਼ਿੰਦਗੀ ਨੂੰ ਬਿਆਨ ਕਰਦਾ, ਖੁਦ ਨੂੰ ਮੌਤ ਆ ਜੀ ਮੇਰੀ,
मैं बस यही चाहना भी एडे जवाक कपड़ू पुत नूं प्यो नवाउंदा होवे ते उहनूं अगथन चढ़ के लैटरिंग बाथरूम कराउंदा होवे। ओह जिंदगी च मेरे ते बैठती है, समाज ते मैं कुछ नहीं कह सकदा। जिहड़ी सारी जिंदगी दी पूंजी सीगी ओह भी मैं ला चुक्या। मैं घराली मेरी ठुकराप खांदी बेचारी, कितें तागा फैक्ट्री च लग जाती है, कितें दिहाड़ियां करती है, कितें आ हुण भी इहनूं मैं किराने वाली दुकान तो 2 घंटे की छुट्टी दवा के लेके आया जी, भी मेरे बच्चे का कोई इलाज हो सके। असी दर दर दे वास्ते जी कम करनू सब कुछ है। पिछला मकान असी 2006 दे विच असी आपका मकान बेच के 2.5 लाख रुपए का मेरे बेटे ते मैं असी ला चुका जी, पर हजे कोई हल नहीं होया जी। जिसका कहिंदे कि ने डॉक्टर जो तुसी जाने हो इलाज जिहड़ा तुसी दस्या भी बार बार तुसी दस्या भी सी भी 25 तो 30 ऑपरेशन हो गए, तो कहिंदे कि ने डॉक्टर की दसदे ने बीमारी बारे? डॉक्टर दसदे ने भी इहदी जिहड़ी मेन रस्ते वाली पेशाब की नाड़ी है जी वह क्रिक हो चुकी जी, जिहड़ी टुट गई जी, जिहड़ा मतलब इत्थे अपने इलाज पंजाब दे विच तां संभव है ही नहीं जी। गल थोड़ा जी भी इत्थे परेड कराई जांदे आ, तुसी फिर सिलाई पवा दिंदे आ 1.5 महीना वास्ते जी, फिर पैप पाँ जी, फिर थैली लग जाए, 2-2 थैलियाँ पेशाब दी लगिया हुई जी। हूँ भी तुम ए भी डॉक्टर दयाल प्रताप लवे जी, मैं 5 तरीक न जी 5वें महीने च जाके आया जी, उन्होंने भी दूरी बार जी मैं इतों 25-30 हज़ार रुपया मंग लिया जी। मेरे लिए उन्हें पैसे नहीं सके जी, तो मैं इन्हों आखा डॉक्टर साहब जी मेरे लिए 4-5 हज़ार रुपया जी, जोड़ा मैं पिंड चो कट्ठे भैन भाइयों तो फड़ के लेके आया जी। तो वह कहना भी फिर तुम इमेज चाहो भी इन्ना मेरे लिए इलाज कर इस तरह घट कर नहीं सकता जी। उन्हें 2019 के जी मैनू लिख के देता सी भी जो इलाज होगा थोड़ा तो बंबे लवे पूना शहर है, डॉक्टर संजय गल करनी है भी वो थोनों दस सकते हैं भी सोडे बाल्टे का पक्का इलाज भी उत्थे है जी। जाने वास्ते तुम ए देखो भी मेरे लिए इतने बठिंडे जाने वास्ते तेल पाने नहीं कोई साधन कोई जाने नहीं जी, तो बंबे जाने वास्ते 3 दिन तो लास्ट से लगते जी, तो मैं किराया जी उत्थे का जो 2 बंदे भी जाने जी तो साढ़ा 7-8 हज़ार रुपये तो वही लगता जी। अच्छा पहला कितना सीगे घर के हालात जो बच्चा ठीक सी, तो उस तो बाद हुण दे की हालात? पहला तो हालात पहले भी उही हालात है जी, भी जिहड़ी असी मजदूरी डेली रोटी मजदूरी नाल खा रहे हैं जी। अज तो तुसीं ऐ मन के चलो भी किसी दे भी उह दिन की दसीए जी जदों भी असरी भी बेटा मेरा छोटा जी नरेगा का कम कर एक मेरी कुड़ी है जी 15-16 साल दी, वह भी लोगों के घर च पढ़ के आके स्कूलों भी पोच ला देती है जी। असी किन्ने बच्चे किन्ने तुहाडे परिवार च कौन कौन है? मेरे 2 बेटी है जी 1 कुड़ी है जी। अच्छा। वो पढ़ती है जी, तुम देख लो भी वह भी घर चाहिए पोचे ला के जी टाइम पास करके जी। सारा परिवार दिहाड़ी कर रहे हैं? हाँ जी सारा परिवार ही दिहाड़ी कर रहे हैं जी। असि मेरी बेटी अजय सारी 13-14 साल की है जी, जी कि अच्छा स्कूलों पढ़ के आके भी पोचे लाने जाती है जी, भी अपने भाई दे लई कुछ बन सके है ना, भी उसका इलाज हो सके। मेरे परिवार को जी पैसे लैके आने कमा के जी सारे इसे दवाइया ही लग जाते हैं, इसे दवाइया ही ले जाने सब तो बड़ा घर ये बड़े बेटे की यही तो जिंदगी के सपने होंगे भी आपका माँ प्यो धी पुत कोई सहारा लवाऊगा जी, भी साडा जिंदगी आपकी माँ को जी फैक्ट्रिया चो खड़ा छड़ाऊगा जी, तड़के तो लेके हथन तक जी असं जी मजदूरी करते हैं जी भी सुख का सह मिलेगा जी। पर वक्त ने यह हालात पाए पे भी ठोकर जिंदगी सब तो बड़ा तो मेरे नगर खेड़े का धन्यवाद है जी, जिहड़ा सानू जी कोई कोई दाल दे जांदा जी, कोई आ हुण भी रेहड़ी वाला मैनू जी कोई 2 कद्दू दे के गया जी, जिहदा मैं धन्यवाद भी नहीं कर सकता जी। कदे एक माँ बाप ये चीज़ा सोचता भी नहीं होंदा जिहड़ियां अज हो रही ने जिंदगी दे विच, बिल्कुल तुसीं भी देख रहे होंगे अखां दे विच जो हंझू है वो दर्द साफ साफ दिखाई देता है, तो ये गुहार उन्हां लोकां तक है जिहड़े मदद करन जाणदे ने, जिहड़े देशों विदेशों दे विच समाज सेवी बैठे ने जां सरकारां भी ध्यान देण किते ना किते मदद जिहड़ी है वह की जा सकती है, तो जिहड़े समाज सेवी देशों विदेशों दे विच बैठे ने जो मदद करदे ने गरीब परिवारां दी, तो असीं भी यही कहांगे भी इस परिवार वल ध्यान किया जाए, तो इस बच्चे दे इलाज का जिहड़े इलाज की तुसीं गल कर रहे हो भी उहदे बारे कोई गलबात हुई है हुण तक तुहाडी पुणे डॉक्टर साहब नाल गलबात हुई है भी तुसीं उत्थे जाके पुणे जाके तुसीं इलाज कराओ जी, भी उत्थे थोड़ा मसला पक्का इलाज हैगा जी उत्थे जी, पक्का इलाज तो तुसीं डॉक्टर साहब ने 2019 च कहता सी भी जो तुसीं इलाज उत्थे कराओ जी भी पक्का इलाज उत्थे हैगा जी, पर तुसीं इलाज कराउण वास्ते जी आपां तां छोटी मानसा नहीं जा सकते जी, पुणे कित्थे जा सकीए जी, इस करके जी मेरा तो
ਤੁਹਾਡੇ ਭੈਣ ਭਾਈਆਂ ਨੂੰ, ਨਗਰ ਖੇੜੇ ਨੂੰ, ਸਾਰਿਆਂ ਨੂੰ, ਮੇਰੇ ਦੇਸਾਂ ਵਿਦੇਸਾਂ 'ਚ ਬੈਠੇ, ਮੇਰੀ ਬੇਨਤੀ ਹੈ, ਅਰਦਾਸ ਬੇਨਤੀ ਹੈ ਜੀ, ਵੀ ਇਸ ਗਰੀਬ ਦੀ ਕੋਈ ਮਦਦ ਕਰੋ ਜੀ, ਰਲ ਮਿਲ ਕੇ ਜੀ ਮੇਰੇ ਬੱਚੇ ਦਾ ਇਲਾਜ ਕਰਾ ਦਿਓ ਜੀ। ਬਸ ਮੈਨੂੰ ਇਸ ਘਰ ਤੋਂ ਵੀ ਵਾਂਝਾ ਨਾ ਹੋਣ ਦਿਓ ਜੀ, ਵੀ ਛੱਤ ਥੱਲੇ ਬੈਠਾ ਜਿਹੜਾ ਮੈਂ 4 ਜਵਾਕਾਂ 3 ਜਵਾਕਾਂ ਨੂੰ ਲੈ ਕੇ ਜੀ ਵੀ ਆਪਦਾ ਟਾਈਮ ਲਗਾ ਲਵਾ ਜੀ ਗੱਲ। ਅੱਛਾ, ਇਹ ਮਕਾਨ ਵੇਚਣ ਤੱਕ ਦੀ ਨੌਬਤ ਜਿਹੜੀ ਆ ਗਈ ਤੁਹਾਡੀ, ਮਤਲਬ ਮਕਾਨ ਤਾਂ ਜੀ ਕਿ ਮੈਂ ਖੁਦ ਨੂੰ ਜੀ ਆਪ ਨੂੰ ਜੇ ਕੋਈ ਮੁੱਲ ਮੈਨੂੰ ਲੈ ਲਈ ਰੱਖਣ ਵਾਸਤੇ 24 ਘੰਟੇ ਵਾਸਤੇ, ਮੈਂ ਉਹਦਾ ਵੀ ਮੁੱਲ ਵੇਚਣ ਨੂੰ ਆਪ ਨੂੰ ਤਿਆਰ ਹਾਂ ਜੀ, ਮੈਂ ਖੁਦ ਵਿਕਣ ਨੂੰ ਤਿਆਰ ਹਾਂ। ਮਕਾਨ ਤਾਂ ਜੀ ਇਹ ਗਰੀਬ ਦਾ ਮਕਾਨ ਲੈਣ ਨੂੰ ਅੱਜ ਸਮਾਜਿਕ ਲੋਕਾਂ ਦੇ ਵੀ ਉਹ ਵੀ ਲੈ ਰਹੇ ਵੀ ਮੈਂ ਵੀ ਇਹ ਵੀ ਬਸ ਬਿਨਾਂ ਰਜਿਸਟਰੀ ਤੋਂ ਬਿਨਾਂ ਉਸ ਵਾਲੇ ਤੋਂ ਮਕਾਨ 'ਤੇ ਬੈਠਾ ਜੀ। ਬਿਲਕੁਲ, ਇਹ ਗੱਲਾਂ ਤੁਹਾਨੂੰ ਵੀ ਕੁਛ ਨਾ ਕੁਛ ਮਤਲਬ ਸਮਝ ਆ ਰਹੀਆਂ ਹੋਣੀਆਂ ਵੀ ਕਿੱਥੋਂ ਤੱਕ ਦੇ ਹਾਲਾਤ ਜਿਹੜੇ ਪੰਜਾਬ ਦੇ ਹੋ ਚੁੱਕੇ ਨੇ। ਇਹ ਬੱਚਾ ਵੀ ਸਾਡੇ ਨਾਲ ਹੈ, ਭੁਪਿੰਦਰ ਕੀ ਪ੍ਰੋਬਲਮ ਕੀ ਹੈ? ਬਾਥਰੂਮ ਦਾ ਹੁੰਦਾ ਜੀ ਰਸਤਾ, ਉਹ ਬਲੌਕ ਹੋ ਜਾਂਦਾ ਇੱਕ ਤਾਂ, ਬਸ ਫਿਰ ਬੜਾ ਦਰਦ ਹੁੰਦਾ ਜੀ, ਬਲੈਡਰ ਫਟਣ ਵਾਂਗੂ ਹੋ ਜਾਂਦਾ ਹੈਗਾ। ਕਿੰਨਾ ਕੁ ਦਰਦ ਹੁੰਦਾ ਜਦੋਂ ਇਹ ਸਭ? ਜ਼ਿਆਦਾ ਪੇਨ ਹੁੰਦਾ ਜੀ, ਜਿਵੇਂ ਪੱਥਰੀ ਦਾ ਦਰਦ ਹੁੰਦਾ ਉਹ ਤੋਂ ਵੀ ਜ਼ਿਆਦਾ ਦਰਦ ਹੁੰਦਾ ਹੈਗਾ, ਕਿ ਲਗਤ ਬਸ ਰਾਤ ਨੂੰ ਹੋਣ ਲੱਗ ਜਾਂਦਾ ਜੀ ਜਦੋਂ ਬਾਥਰੂਮ ਕਰਦਾ, ਉਹ ਤੋਂ ਬਾਅਦ ਹੁੰਦਾ ਜੀ ਦਰਦ। ਅੱਛਾ, ਪੜ੍ਹਦੇ ਵੀ ਹੋ ਤੁਸੀਂ? ਪੜ੍ਹਦੇ ਵੀ ਜੀ, ਮੈਂ ITT ਕਰ ਰਿਹਾ ਜੀ। ਅੱਛਾ, ਉਹਦੇ ਹੁਣ ਪੇਪਰ ਨੇ ਜੀ ਅਗਲੇ ਮੰਥ ਤੋਂ। ਅੱਛਾ, ਕਿੰਨਾ ਕੁ ਔਖਾ ਹੁੰਦਾ ਵੀ? ਸੁਪਨੇ ਕੀ ਨੇ, ਕੀ ਸੋਚਿਆ ਸੀਗਾ ਅੱਜ ਕੀ ਚੱਲ ਰਿਹਾ? ਮੈਂ ਟੀਚਰ ਬਣਨ ਲਈ ਸੋਚਿਆ ਸੀਗਾ ਵੀ ਕਿਸੇ ਦਾ ਜਵਾਕਾਂ ਦਾ ਆਮ ਜਿਵੇਂ ਉਹ ਸਟੱਡੀ ਕੀਤੀ ਦੂਸਰੇ ਪਿੰਡਾਂ 'ਚ ਜਾ ਕੇ ਵੀ ਉਵੇਂ ਕਿਸੇ ਜਵਾਕ ਨੂੰ ਮੈਂ ਪੜ੍ਹਾਵਾਂ ਜੀ। ਮੈਂ ਟਿਊਸ਼ਨ ਵੀ ਲਾਉਂਦਾ ਸੀਗਾ ਜੀ ਪਹਿਲਾਂ। ਅੱਛਾ, ਜੋ ਠੀਕ ਸੀਗੇ ਜੀ, ਅਤੇ ਹੁਣ ਜ਼ਿਆਦਾ ਦਰਦ ਹੋਣ ਲੱਗੇ ਵੀ ਓਪਰੇਸ਼ਨ ਹੁੰਦੇ ਆ ਵੀ ਉਹ ਵੀ ਛੱਡੇ ਗਏ ਜੀ ਹੁਣ। ਅੱਛਾ, ਟੀਚਰ ਬਣਨ ਦਾ ਸੁਪਨਾ ਸੀ, ਲੱਗਦਾ ਹੁਣ ਵੀ ਉਹ ਪੂਰਾ ਹੋਊਗਾ? ਟੀਚਰ ਜੀ ਹੁਣ ਕਿਹੜਾ ਦੇਖ ਰਹੇ ਜੀ, ਮਿਹਨਤ ਕਰ ਰਹੇ ਜੀ, ਬਾਕੀ ਬਿਮਾਰੀ ਹੈ ਜੀ ਉਹ ਤੋਂ ਜੂਝ ਕੇ ਫਿਰ ਦੇਖਦੇ ਜੀ ਅੱਗੇ ਕੀ ਬਣਦਾ। ਮਾਤਾ ਪਿਤਾ ਪੂਰਾ ਪਰਿਵਾਰ ਲੱਗਿਆ ਪਿਆ, ਦੇਖਦੇ ਹੋ ਸਾਰਾ ਦਿਨ ਤੁਹਾਡੇ ਕਰਕੇ ਲੱਗੇ ਪਏ? ਦੇਖ ਕਰਕੇ ਲੱਗੇ ਪਏ ਜੀ, ਦੇਖਦੇ। ਕਿਤੇ ਜਵਾਨ ਪੁੱਤ ਨੇ ਸਹਾਰਾ ਬਣਨਾ ਹੁੰਦਾ, ਅੱਜ ਉਹ ਜਵਾਨ ਪੁੱਤ ਨੂੰ ਮੰਜੇ 'ਤੇ ਲੈ ਕੇ ਦਰ ਦਰ ਜਾਣਾ ਪੈ ਰਿਹਾ, ਕਿੰਨਾ ਕੁ ਔਖਾ ਹੁੰਦਾ ਮਾਤਾ ਪਿਤਾ ਲਈ? ਇਹ ਤਾਂ ਜੀ ਕੋਈ ਬਿਆਨ ਸ਼ਬਦ ਤਾਂ ਹੈ ਨਹੀਂ ਜੀ ਜਿਹਦੇ ਵਾਸਤੇ ਮੈਂ ਕਰ ਸਕਾਂ ਵੀ ਮੈਂ ਆਪਦੇ ਪੁੱਤ ਨੂੰ, ਤੁਸੀਂ ਐਂ ਦੇਖੋ ਵੀ ਹੁਣ ਬਾਲਟੀ ਚੱਕ ਕੇ ਆਪ ਪਾਣੀ ਵਾਲੀ ਨਵਾਉਣਾ ਜੀ, ਇਹਨੂੰ ਆਪ ਕੱਪੜੇ ਬਦਲਦਾ ਜੀ, ਆਪ ਇਹਦਾ ਲੈਟਰਿੰਗ ਬਾਥਰੂਮ ਹੋਰ ਵੀ ਜੋ ਵੀ ਇਹਦੀ ਦੇਖਭਾਲ ਕਰ ਰਹੇ ਜੀ ਇਹਦੀ ਮੈਂ ਆਪ ਕਰ ਰਿਹਾ ਜੀ ਖੁਦ ਜੀ। ਤੁਸੀਂ ਐਂ ਦੇਖ ਲਓ ਵੀ ਅੱਜ 20 ਸਾਲ ਦਾ ਬੇਟੇ ਨੂੰ ਜੀ ਕੋਈ ਪੁੱਤ ਨੇ ਤਾਂ ਖੁਦ ਨੂੰ ਬਾਪ ਨੂੰ ਨਿਭਾਉਣਾ ਸੀਗਾ ਜੀ, ਅਤੇ ਅੱਜ ਖੁਦ ਇਹਨੂੰ ਮੈਂ ਆਪ ਨਿਭਾ ਰਿਹਾ ਜੀ। ਦੇਸ਼ਾਂ ਵਿਦੇਸ਼ਾਂ 'ਚ ਮਾਤਾ ਜੀ ਬੈਠੇ ਆ ਜਿਹੜੇ ਮਦਦ ਕਰਨ ਵਾਲੇ, ਉਹਨਾਂ ਨੂੰ ਕੀ ਕਹਿਣਾ ਚਾਹੋ? ਉਹਨਾਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਮੇਰੇ ਬੱਚੇ ਦੀ ਜਾਨ ਬਚਾਉਣ ਅਤੇ ਸਾਨੂੰ ਇਸ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇ। ਜੇ ਕਿਸੇ ਭੈਣ ਭਾਈ ਦੇ ਕਿਸੇ ਦੀ ਵੀ ਮਦਦ ਕਰੀਏ ਆਪਾਂ ਰਲ ਕੇ ਅਤੇ ਉਹਨਾਂ ਦਾ ਸਾਰਾ ਸਹਾਰਾ ਬਣ ਜਾਂਦੇ। ਜਦੋਂ ਇਸ ਟਾਈਮ 'ਤੇ ਸਾਡੇ ਕੋਲ ਕੁਛ ਨਹੀਂ, ਮੇਰੀ ਹੱਥ ਬੰਨ ਕੇ ਬੇਨਤੀ ਹੈ ਸਾਰੀ ਭੈਣ ਭਾਈਆਂ ਨੂੰ ਅਤੇ ਬਾਹਰ ਦੇਸ਼ਾਂ 'ਚ ਵਿਦੇਸ਼ਾਂ 'ਚ ਬੈਠਿਆਂ ਨੂੰ ਕਿ ਮੇਰੇ ਬੱਚੇ ਦੀ ਜਾਨ ਬਚਾਓ। ਮੈਂ ਇੰਨਾ ਹੀ ਧੰਨਵਾਦ ਸ਼ੁਕਰ ਕਰਦੀ ਹਾਂ ਤੁਹਾਡਾ। ਕਿੰਨਾ ਕੁ ਕਰਜ਼ਾ ਹੋਇਆ ਬੱਚੇ ਦੇ ਇਲਾਜ 'ਤੇ ਜਿਹੜਾ ਤੁਸੀਂ ਹੁਣ ਤੱਕ ਖਰਚ ਕਰ ਚੁੱਕੇ? ਇਲਾਜ ਤਾਂ ਤੁਹਾਨੂੰ ਦੱਸਿਆ ਨੇ ਵੀ ਮੈਂ ਖੁਦ ਅਸੀਂ ਆਪ ਸਾਰਾ ਪਰਿਵਾਰ ਕਮਾ ਕੇ ਜੀ, ਜਿਹਦਾ 70-80 ਲੱਖ ਰੁਪਈਏ ਦਾ ਤਾਂ ਅਸੀਂ ਕਰੀ ਬੈਠੀ ਹਾਂ ਜੀ। ਮਕਾਨ ਸੀ ਜੀ ਉਹ ਵੀ ਵੇਚਤਾ ਜੀ, ਆਪ ਦੀ ਸਾਰੀ 20 ਸਾਲ ਦੀ ਜ਼ਿੰਦਗੀ ਦੀ ਮਜ਼ਦੂਰੀ ਡੇਲੀ ਕਰਨੀ ਹੈ ਜਦੋਂ 5 ਮੈਂਬਰ ਰਹਿਜੀ ਆ ਰਹੇ ਜੀ। ਛੋਟਾ ਬੇਟਾ ਮੇਰਾ ਨਰੇਗਾ ਦੇ ਵਿੱਚ ਜੀ, ਤੁਸੀਂ ਐਂ ਦੇਖ ਲਓ ਵੀ ਅੱਜ ਉਹਨਾਂ ਦੀਆਂ ਪੜ੍ਹਾਈਆਂ ਲਿਖਣ ਦੀਆਂ ਉਹ ਸੀ। ਸਭ ਤੋਂ ਵੱਡਾ ਤਾਂ ਇਹ ਹੈ ਜੀ ਵੀ ਪਰਮਾਤਮਾ ਤੋਂ ਮੈਂ ਖੁਦ ਨੂੰ ਵੀ ਵਾਂਝਾ ਜੀ, 6 ਭੈਣਾਂ ਦਾ ਭਾਈ ਹਾਂ ਜੀ ਮੈਂ, ਮੇਰੇ ਮਾਂ ਨੇ ਮੇਰੇ ਪਿਓ ਨੇ ਜੀ ਜਿਹੜਾ ਖੁਦ ਦੀ ਲੜਾਈ ਜ਼ਿੰਦਗੀ 'ਚ ਹੱਥ ਨਹੀਂ ਆ ਗਈ ਜੀ। ਕੋਈ ਮੈਨੂੰ ਐਂ ਕਹਿ ਸਕੇ ਵੀ ਪੁੱਤ ਆ ਗਿਆ ਤੂੰ? ਮੇਰੀ ਮਾਂ ਨੂੰ ਵੀ ਕੈਂਸਰ ਸੀਗਾ ਜੀ, 2006 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਜੀ। ਅਤੇ ਬਸ ਹੁਣ ਤੁਹਾਨੂੰ ਮੈਂ ਕੀ ਕਹਿੰਦਾ, ਬਸ ਮੇਰੇ ਨਗਰ ਖੇੜੇ ਰਿਸ਼ਤੇਦਾਰ ਕੋਈ ਮਦਦ ਕਰਨ ਲਈ ਆਇਆ ਨਹੀਂ ਹਜੇ? ਰਿਸ਼ਤੇਦਾਰ ਸਮਾਜਿਕ ਗੱਲਾਂ ਨਹੀਂ ਜੀ ਹਜੇ, ਰਿਸ਼ਤੇਦਾਰ ਨੇ ਰੋਜ਼ ਰੋਜ਼ ਕੌਣ ਕਰਦਾ ਜੀ, ਸਭ ਦੇ ਹਾਲਾਤ ਆਪਦੇ ਵਰਗੇ ਹੁੰਦੇ ਨੇ ਜੀ ਗੱਲ ਸੁਣ ਲਈ। ਹੁਣ ਉਹਨਾਂ ਰਿਸ਼ਤੇਦਾਰਾਂ ਨੂੰ ਵਾਰ ਵਾਰ ਉਹਨਾਂ ਤੋਂ ਵੀ ਸਾਰੀ ਜ਼ਿੰਦਗੀ ਮੈਂ ਪੂੰਜੀ ਲੈ ਕੇ ਖਾ ਚੁੱਕਿਆ ਜੀ, ਕਿਸੇ ਤੋਂ 10 ਫੜ ਲਿਆ, ਕਿਸੇ ਤੋਂ 20 ਫੜ ਲਿਆ ਜੀ। ਹੁਣ ਰਿਸ਼ਤੇਦਾਰਾਂ ਦੇ ਆਪਦੇ, ਅਸੀਂ ਆਪ ਮਿਡਲ ਕਲਾਸ ਦੇ ਬੱਚੇ ਹਾਂ ਜੀ, ਗਰੀਬ ਘਰਾਂ ਦੇ ਜੀ, ਉਹਨਾਂ ਨੂੰ ਹੁਣ ਜਿਹੋ ਜਿਹਾ ਮੈਂ ਟੁੱਟਿਆ ਹੋਇਆ ਜੀ, ਉਹੋ ਜਿਹੇ ਰਿਸ਼ਤੇਦਾਰ ਵੀ ਸਾਰੇ ਸਾਡੇ ਸਮਾਜ ਦੇ ਵਿੱਚ ਇੱਕੋ ਹੀ ਉਸ 'ਚ ਨੇ ਜੀ। ਜਦੋਂ ਮੇਰੇ ਆਪਦੇ ਸਿਰ 'ਤੇ ਹੱਥ ਨੇ ਜੀ, ਮਾਂ ਦਾ ਨੇ ਪਿਓ ਦਾ ਨੇ ਜੀ, ਮੈਂ ਆਪ ਵੀ ਇਕੱਲਾ ਜੀ, 2 ਬੇਟੇ ਆ ਜੀ ਬਸ। ਹੁਣ ਇਹਨਾਂ ਕਰਕੇ ਜ਼ਿੰਦਗੀ 'ਚ ਬਸ ਮੇਰੇ
समाज के बच्चे जिन्ने दानी सज्जन बैठे ने मैं उन्होंने एक बेनती है जी मेरे बेटे का इलाज कराओ जी तो मेरे बेटे की जिंदगी बस सब तो बड़ा शुकराना मेरे मालक का जी दूजा मेरे इस समाज के प्रवंते सज्जणा का जी जिन्हें मेरे बेटे नू जी बिल्कुल बहुत औखा होंदा है। साडा मकसद सिर्फ इन्ना होंदा इस गल्लां नू दिखाउण दा भी जिहड़े दानी सज्जन जिन्ने भी देशों विदेशों दे विच बैठे ने वो परिवार के हालात देखना अखां दे विच हंजू देखे नहीं जाते हालात कुछ अजिहे हो जाते हैं भी मन भावक होंदा है ये चीज़ां देख के भी पंजाब दे विच अज भी हालात अजिहे ने। नौजवान जिसकी उम्र महज 20 साल की है तो अपने माँ बाप के सहारा बनना सी पर अज माँ बाप के सहारे की लोड़ पै रही है। मंजे ते पिया सुपने बहुत वड्डे ने भी टीचर बनना है तो गरीब बच्चों पढ़ाना है तो उसका ही सुपना जिहड़ा वो क्यों अधूरा पिया क्योंकि एक बीमारी नाल जूझ रहा है तो बीमारी नाल परिवार ने जिहड़ा लड़ाउण दे लई उसनु बचाउण दे लई अपना सारा कुछ दाव ते लाता करजा भी कर रखिया तो हुण अपील उन्हां लोकां दे दिलों तक की है उन्होंने लोगों के दिमागों तक की है जो लोग समाज सेवा करते हैं जो मदद करते हैं गरीब लोगों की। तो हुण असीं भी यही कहांगे भी इन्हां लोगों की मदद करने के लिए कौन अगे आउंदा है आने वाले समय के देखते हैं पर साडा फर्ज सिर्फ इन्ना भी लोगों तक पहुँचाउणियां गल्लां बहुत जरूरी ने क्योंकि पंजाब के हालात पंजाब के परिवारों के हालात जो बीमारी कदों घर के आती है तो की हालात बनते हैं वो देख के तुम भी भावुक हो जाओगे। तो समाज सेवी लोगों नू सरकारां नू यही अपील है भी वध तो वध इस परिवार की मदद करना ता जो इस परिवार दे इस बच्चे की जान बच सके ते इस बच्चे दे सुपने जिहड़े ने ओह पूरे हो सकन। कैमरामैन मनीष दे नाल परमदीप राणा रोजाना स्पोक्समैन मानसा।